परफ्यूम च दो तीन वैरायटीज ही हैं जिहड़ियां एडिक्टिंग है, थानू समझना पड़ेगा जिहड़ी एडिक्शन करती हैं। जदों तक फीम उहदे च 25 वैरायटीज तो उत्ते हैं जिहड़ियां नॉन एडिक्टिंग वैरायटीज हैं जिहड़ियां कि मेडिसिन दे विच काम आउंदियां। अज कैनेडा अमेरिका वर्गियां स्टेट्स पागल थोड़ी हैं वी जिहड़ियां अलाउ करदी हैं, ਇਹ ਸਗੋਂ ਜਦੋਂ ਤੱਕ ਫੀਮ ਸੀਗੀ ਛੋਟੀ ਕੁਆਂਟਿਟੀ 'ਚ ਡਾਕਟਰ ਆਪ ਦਿੰਦਾ ਹੁੰਦਾ ਸੀ, ਮੇਰੇ ਸਾਡੇ ਨਾਮ 'ਤੇ ਕੁਆਂਟਿਟੀ ਆਉਂਦੀ ਸੀ, ਸਾਡੇ ਕੋਲ ਲੋਕ ਰਜਿਸਟਰ ਤੋਂ ਲੈ ਕੇ ਜਾਂਦੇ ਸੀ ਸਪਲਾਈ, ਕਦੇ ਬਿਮਾਰ ਨਹੀਂ ਸੀ ਹੁੰਦੇ, ਚੜ੍ਹਦੀ ਕਲਾ 'ਚ ਰਹਿੰਦੇ ਸੀ। ਆ ਡਰੱਗਸ ਵਾਲਾ ਸਿਸਟਮ ਉਹਦੇ ਉਦੋਂ ਸ਼ੁਰੂ ਹੋਇਆ, ਡਰੱਗਸ ਵਾਲਾ ਸਿਸਟਮ ਜਦੋਂ ਦਾ ਉਹ ਬੰਦ ਕੀਤੀ ਹੈ, ਮਤਲਬ ਇਹਦਾ ਇੱਕ ਮੈਡੀਸਨਲ ਵੈਲਿਊ ਇੰਨੀ ਸਟਰੋਂਗ ਹੈ ਜਿੱਥੇ ਕੈਨੇਡਾ ਨੇ ਅਮੈਰੀਕਾ ਨੇ ਸਟੱਡੀ ਕਰ ਲਈ, ਆਪਾਂ ਰਿਸਰਚ ਤਾਂ ਕਰਦੇ ਨਹੀਂ, ਫਿਰ ਰਾਜਸਥਾਨ ਕਿਉਂ ਅਲਾਊਡ ਹੈ? ਤੁਹਾਡਾ ਕੀ ਮਤਲਬ ਫੀਮ ਆਉਂਦੀ ਨਹੀਂ, ਹਰ ਬੰਦਾ ਚੱਕੀ ਫਿਰਦਾ, ਪਰ ਕਿੰਨੀ ਮਹਿੰਗੀ ਲੈ ਕੇ ਆਉਂਦਾ। ਹੁਣ ਕ੍ਰੋਸ ਦਾ ਬਾਰਡਰ ਰਾਜਸਥਾਨ ਮੇਰੇ ਨਾਲ ਚੱਲੋ, ਆਪਾਂ ਰਾਤਾਂ ਨੂੰ ਬੈਠਦੇ ਹਾਂ ਬਾਰਡਰ 'ਤੇ, ਤੁਸੀਂ ਹੀਰੋਇਨ ਦੀ ਗੱਲ ਕਰਦੇ ਹੋ, ਸਾਰੀ ਫੀਮ ਇੱਧਰੋਂ ਆਉਂਦੀ ਹੈ, ਦੂਜੀ ਸਟੇਟ 'ਚ ਅਲਾਊਡ ਹੈ ਕਿਉਂਕਿ ਪ੍ਰੋਫਿਟ ਬਹੁਤ ਹੈ। ਮੈਂ ਇਹ ਕਹਿ ਰਹੀ ਹਾਂ ਜਿੱਦਣ ਫੀਮ ਵੀ ਉਸ ਲੈਵਲ ਦੀ ਵਰਾਇਟੀ ਦੀ ਆ ਗਈ ਜਿਹੜੀ ਕਿ ਮੈਡੀਸਨਲ ਵੈਲਿਊ ਦੀ ਹੈ, ਅੰਡਰ ਪ੍ਰੀਕੋਸ਼ਨ ਦਿੱਤੀ ਜਾਵੇ, ਪਲੱਸ ਉਹ ਜਿਹੜੀ ਦਵਾਈਆਂ 'ਚ ਯੂਜ਼ ਹੁੰਦੀ ਹੈ, ਸਾਡੇ ਕੋਲ ਜਦੋਂ ਮਰੀਜ਼ ਚੀਕਾਂ ਮਾਰਦਾ ਨਾ ਦਰਦ ਨਾਲ, ਹਸਪਤਾਲਾਂ ਦੇ ਵਿੱਚ ਮੋਰਫੀਨ ਦਾ ਟੀਕਾ ਹੁੰਦਾ ਸੀ, ਅੱਜ ਸਾਡੇ ਕੋਲ ਟੀਕਾ ਨਹੀਂ ਹੈ, ਚੀਕਾਂ ਮਾਰਦਾ ਫਿਰੇ ਮਰੀਜ਼, ਸਾਡੇ ਕੋਲ ਮੋਰਫੀਨ ਦਾ ਟੀਕਾ ਨਹੀਂ ਮਿਲਦਾ ਵੀ ਅਸੀਂ ਦਰਦ ਦੂਰ ਕਰ ਦਈਏ, ਇਹੋ ਜਿਹੀਆਂ ਦਵਾਈਆਂ ਬੰਦ ਕਰਨੀਆਂ ਪੈ ਗਈਆਂ। ਬਿਲਕੁਲ, ਮੈਡੀਸਨਲ ਪ੍ਰੈਜੈਂਟੇਸ਼ਨ ਦੇਣ ਆ ਕੇ ਲੋਕ ਕੈਨੇਡਾ ਅਮੈਰੀਕਾ ਜਦੋਂ 100% ਪ੍ਰੋਫਿਟ ਦੇ ਚੱਕਰ ਨੂੰ ਤਿਆਰ ਹੈ ਤਾਂ ਗਵਰਨਮੈਂਟ ਕਰਕੇ ਕੋਆਪਰੇਟਿਵ ਬਣਾ ਕੇ ਸੈਲ ਕਰੇ, ਆਪ ਨੋਰਮਲ ਮਾਰਕੀਟ ਬਾਹਰ ਵਾਲੀ ਉਸ 'ਚ ਨਾ ਭੇਜੇ, ਕੰਟਰੋਲਡ ਖੇਤੀ ਕਰੇ, ਬਾਹਰ ਮਾਰਕੀਟ ਹੋਵੇ, ਕਿਸਾਨ ਨੂੰ 100 ਗੁਣਾ